ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ న్యూਸ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਦੁੱਖ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਜਲੰਧਰ ਤੋਂ ਜਿੱਥੇ ਵੱਡੀ ਵਾਰਦਾਤ ਆ ਜੀ ਕਾਂਗਰਸੀ ਨੇਤਰੀ ਤੇ ਕਾਂਗਰਸੀ ਨੇਤਾ ਕਮਲਜੀਤ ਮਲਤਾਨੀ ਦੇ بیٹے ਦੀ ਸ਼ੱਕੀ ਹਾਲਤ ਦੇ ਵਿੱਚ ਮੌਤ ਸ਼ੱਕੀ ਹਾਲਤ ਦੇ ਵਿੱਚ ਕਤਲ ਹੋ ਚੁੱਕਾ ਹੈ ਜੀ ਵੱਡੀ ਦੁੱਖ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਕੈਂਟ ਰੋਡ ਤੇ ਕਾਂਗਰਸ ਪਾਰਟੀ ਦੀ ਨੇਤਰੀ ਕਮਲਜੀਤ ਕੌਰ ਮੁਲਤਾਨੀ ਦੇ بیٹے ਦੀ ਲਾਸ਼ ਉਸ ਦੀ ਗੱਡੀ ਵਿੱਚ ਮਿਲੀ ਹੈ ਮੁਲਤਾਨੀ ਨੇ ਦੋਸ਼ ਲਾਇਆ ਕਿ ਉਸ ਦੇ بیٹے ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਜਿਸ ਦੀ ਸ਼ਿਕਾਇਤ ਥਾਣਾ ਨੰਬਰ 7 ਦੀ ਪੁਲਿਸ ਨੂੰ ਦਿੱਤੀ ਗਈ ਹੈ ਪੁਲਿਸ ਨੇ ਲਾਪਰੀ ਦੇ ਖਿਲਾਫ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਮਲਜੀਤ ਕੌਰ ਮੁਲਤਾਨੀ ਵਾਸੀ ਨਿਊ ਰਾਜਾ ਗਾਰਡਨ ਨੇ ਦੱਸਿਆ ਕਿ ਉਸ ਦੇ بیٹے ਨੂੰ 4 April ਨੂੰ ਇੱਕ ਕਾਲ ਆਈ ਸੀ ਜਿਸ ਤੋਂ ਬਾਅਦ ਉਹ ਤਿਆਰ ਹੋ ਕੇ 12 ਵਜੇ ਗੱਡੀ ਵਿੱਚ ਬੇ ਵਿੱਚ ਘਰੋਂ ਨਿਕਲਿਆ ਉਹਨਾਂ ਨੇ ਕਿਹਾ ਕਿ ਫੋਨ ਆਪਣੇ ਬੇਟੇ ਦੇ ਸੰਪਰਕ ਵਿੱਚ ਰਹਿ ਪੰਜ ਅਪ੍ਰੈਲ ਨੂੰ ਸਵੇਰੇ 3 ਵਜੇ ਉਸਨੇ ਸੁਤਿੰਦਰਪਾਲ ਨੂੰ ਫੋਨ ਕੀਤਾ ਪਰ ਉਹ ਨਹੀਂ ਆਇਆ ਜਿਸ ਤੋਂ ਬਾਅਦ 9:30 ਵਜੇ ਕਮਲਜੀਤ ਕੌਰ ਦੇ ਘਰ ਪਰਮਜੀਤ ਕੌਰ ਵਾਸੀ ਪੰਜਾਬ ਹੈ ਬੈਨੂ ਤੇ ਉਸ ਦਾ ਬੇਟਾ ਆਇਆ ਉਹਨਾਂ ਨੇ ਕਿਹਾ ਕਿ ਕੋਈ ਜ਼ਹਿਰੀਲਾ ਪਦਾਰਥ ਨਿਕਲਿਆ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ ਹੈ ਕਮਲਜੀਤ ਕੌਰ ਮਲਤਾਨੀ ਆਪਣੀ ਬੇਟੀ ਦੇ ਨਾਲ ਕੰਡਕਟਿਵ ਰੋਡ ਤੇ ਪਹੁੰਚੀ ਵੇਖਿਆ ਕਿ ਬੇਟੀ ਦੇ ਵਿੱਚ ਬੇਟੇ ਦੀ ਗੱਡੀ ਦੇ ਵਿੱਚ Laash ਪਈ ਸੀ ਜੋ ਡਰਾਈਵਿੰਗ ਸੀਟ ਵਾਲੀ ਸੀਟ ਤੇ ਪਈ ਸੀ ਤੇ ਉਸ ਨੇ ਦੋਸ਼ ਲਾਇਆ ਕਿ ਉਸ ਦਾ ਬੇਟੇ ਦਾ ਕਤਲ ਲਾਪ੍ਰੀਤ ਸਿੰਘ ਨੇ ਕੀਤਾ ਹੈ ਜਿਹੜਾ ਕਿ ਉਸ ਨੂੰ ਨਸ਼ੀਲਾ ਪਦਾਰਥ ਦਿੱਤਾ